ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਆਪਾਂ ਦੱਸਿਆ ਸੀ ਵੀ ਐਲਾਨ ਮਸਕ ਟੈਸਲਾ ਦਾ ਓਨਰ ਉਸਨੇ ਸਟੇਟਮੈਂਟ ਜਾਰੀ ਕੀਤੀ ਸੀ ਇੱਕ ਵਾਰ ਕੁਝ ਸਾਲ ਪਹਿਲਾਂ ਵੀ ਮੈਂ ਕੋਈ ਵੀ ਮੇਰੇ ਗੇਸ ਜਿਹੜਾ ਅਨਜਸਟ ਲੀਗਲ ਕੇਸ ਹੋਊਗਾ ਮੈਂ ਉਹਨੂੰ ਸੈਟਲ ਨਹੀਂ ਕਰੂੰਗਾ ਪਰ ਇੱਕ ਕੇਸ ਉਸਨੇ ਸੈਟਲ ਕੀਤਾ ਜਿਸ ਨੂੰ ਲਾਸ ਐਂਜਲਸ ਟਾਈਮ ਨੇ ਬੜੀ ਵੱਡੀ ਨਿਊਜ਼ ਬਣਾ ਕੇ ਪੇਸ਼ ਕੀਤਾ ਹੈਗਾ ਕਹਿੰਦੇ ਵੀ 3 ਸਾਲ ਪੁਰਾਣਾ ਡੈਫਾਮੇਸ਼ਨ ਦਾ ਲਾਅ ਸੂਟ ਸੀਗਾ ਮਿਸ਼ੀਗਨ ਯੂਨੀਵਰਸਿਟੀ ਦੇ ਸਟੂਡੈਂਟ ਰਨਿੰਗ ਹੋਤੀ ਅ ਬੀ ਐਚ ਡੀ ਸਟੂਡੈਂਟ ਆ ਉਹਨਾਂ ਦੇ ਅਗੇਂਸਟ ਕੀਤਾ ਸੀ ਤੇ ਉਸ ਨੇ ਇਹ ਸੈਟਲ ਕਰ ਲਿਆ 10000 ਡਾਲਰ ਦੇ ਵਿੱਚ ਅ ਇਹ ਜਿਹੜਾ ਕੇਸ ਆ ਬੜਾ ਕੰਪਲਿਕੇਟਡ ਟਾਈਪ ਆਫ ਕੇਸ ਹੈਗਾ ਜਿਹੜਾ ਰਣਦੀਪ ਸਿੰਘ ਹੋਠੀ ਆ ਉਹ 베ਰੀਏ ਦੇ ਵਿੱਚ ਰਹਿੰਦਾ ਸੀ 2019 ਦੇ ਲਾਗੇ ਛਾਗੇ ਉਹ ਟੈਸਲਾ ਦੀ ਸਟਾਕ ਵੀ ਖਰੀਦਦਾ ਰਹਿੰਦਾ ਸੀ ਤੇ ਉਸ ਟਾਈਮ ਦੇ ਉੱਤੇ ਕਈ ਜਿਹੜੇ ਟਵਿੱਟਰ ਦੇ ਅਕਾਊਂਟ ਆ ਉਹਨਾਂ ਦੇ ਉੱਤੇ ਆਪਣੀ 뷰 ਪੁਆਇੰਟ ਵੀ ਦੱਸਦਾ ਰਹਿੰਦਾ ਸੀ ਉਹ ਟੈਸਲਾ ਦੀ ਜਿਹੜੀ ਕੰਪਨੀ ਆ ਉੱਥੇ ਉਹ ਬੇਸਟ ਵੀ ਕਰਦਾ ਰਹਿੰਦਾ ਸੀ ਤੇ ਉਹਦੇ ਵਿੱਚ ਉਸਨੇ 3-4 ਸਾਲ ਪਹਿਲਾਂ ਦੱਸਿਆ ਸੀ ਕਿ ਕਿਸ ਤਰ੍ਹਾਂ ਜਿਹੜਾ ਮਾਡਲ 3 ਆ ਉਹ ਸਕਸੈਸਫੁਲ ਨਹੀਂ ਹੋਊਗਾ ਉਹਨਾਂ ਦਾ ਉਹ ਤੋਂ ਬਾਅਦ ਉਸਨੇ ਪਿਕਚਰਜ਼ ਵੀ ਪਾਈਆਂ ਕਿ ਕਿਸ ਤਰ੍ਹਾਂ ਮਾਡਲ 3 ਜਿਹੜਾ ਆ ਉਹ ਇਵਨ ਫੈਕਟਰੀ ਦੀਆਂ ਕੰਧਾਂ ਤੋਂ ਬਾਹਰ ਟੈਂਟ ਲਾ ਕੇ ਉੱਥੇ ਸੈਂਬਲ ਕੀਤਾ ਬਾਅਦ ਦੇ ਵਿੱਚ ਇੱਕ ਵਾਰ ਐਲਨ ਮਸਕ ਮੰਨਿਆ ਵੀ ਸੀ ਪਈ 2017 ਜਾਂ 18 ਦੇ ਲੱਗੇ ਇੱਕ ਲੱਗਦਾ ਸੀ ਵੀ ਜਿਹੜੀ ਟੈਸਲਾ ਕੰਪਨੀ ਆ ਉਹ ਬੈਂਕਰਪਟ ਵੀ ਹੋ ਜਾਊਗੀ ਸੋ ਜੋ ਰਣਦੀਪ ਹੋਠੀ ਆ ਉਹ ਕੀ ਪੁਆਇੰਟਸ ਜਿਹੜੇ ਆ ਟੈਸਲਾ ਕੰਪਨੀ ਦੇ ਆ ਉਹ ਟਵਿੱਟਰ ਦੇ ਉੱਤੇ ਜਾਂ ਬਹੁਤ ਸਾਰੇ ਜਿਹੜੇ ਲੋਕ ਆ ਟੈਸਲਾ ਦੇ ਅਗੇਂਸਟ ਵੀ ਹੈਗੇ ਆ ਉਹਨਾਂ ਦੇ ਨਾਲ ਸ਼ੇਅਰ ਕਰਦਾ ਰਹਿੰਦਾ ਸੀ ਜਿਹਦੇ ਕਰਕੇ ਜਿਹੜੀ ਟੈਸਲਾ ਕੰਪਨੀ ਦੇ ਹੋਰ ਐਗਜ਼ੀਕਿਊਟਿਵਸ ਆ ਹਾਈ ਅਪਸ ਮੈਨੇਜਰ ਉਹ ਕਾਫੀ ਅਪਸੈਟ ਸੀਗੇ ਵੀ ਸਾਡੇ ਸਟਾਕ ਦੇ ਉੱਤੇ ਵੀ ਜਿਹੜਾ ਇਹਦਾ ਅਸਰ ਪੈ ਰਿਹਾ ਹੈਗਾ ਮਸਕ ਨੇ 2016 ਚ ਕਲੇਮ ਕੀਤਾ ਸੀ ਵੀ ਟੈਸਲਾ ਜਿਹੜੀ ਆ ਸੈਲਫ ਡਰਾਈਵਿੰਗ ਕਾਰ ਬਣ ਜੂਗੀ ਲਾਸ ਐਂਜਲਸ ਤੋਂ ਨਿਊਯਾਰਕ 2017 ਦੇ ਐਂਡ ਤੱਕ ਉਹਦੇ ਬਾਰੇ ਵੀ ਜਿਹੜੀ ਰੋਟੀ ਨੇ ਟਵਿੱਟਰ ਤੇ ਕਿਹਾ ਸੀ ਵੀ ਏਲੀਨ ਰੈਡ ਨੋਟ ਹੈਗਾ ਇਹ ਹੋ ਨਹੀਂ ਸਕਦਾ ਆਟੋ ਪਾਇਲਟ ਸਿਸਟਮ ਜਿਹੜਾ ਆ ਹਜੇ ਤੱਕ ਕਿਤੇ ਡਿਵੈਲਪ ਨਹੀਂ ਹੋਇਆ ਪਰ ਉਹ ਹਜੇ ਤੱਕ ਵੀ ਜਿਹੜੀ ਫੁੱਲ ਸੈਲਫ ਡਰਾਈਵਿੰਗ ਅੱਜ ਅੱਜ ਤੱਕ ਵੀ ਜਿਹੜੀ ਆ ਉਹ ਨਹੀਂ ਪੋਸੀਬਲ ਹੈਗੀ ਹਾਂ ਠੀਕ ਆ ਕਈ ਵਾਰੀ ਤੁਸੀਂ ਦੇਖਦੇ ਆ ਵੀ ਕਾਰ ਦੇ ਵਿੱਚ ਬੰਦੇ ਬੈਠੇ ਹੁੰਦੇ ਆ ਦੇਖਦੇ ਨਹੀਂ ਪਰ ਕਈ ਐਕਸੀਡੈਂਟ ਵੀ ਹੋਏ ਹੈਗੇ ਆ ਸੋ ਇਹ ਸਾਰੇ ਕਾਸੇ ਕਰਕੇ ਇੱਕ ਵਾਰ ਉਹ ਉੱਥੇ ਟੈਸਲਾ ਦੀ ਜਿਹੜੀ ਫ੍ਰੀ ਮੋਡ ਦੀ ਕੰਪਨੀ ਆ ਉੱਥੇ ਗਿਆ ਤੇ ਉਹਦਾ ਜਿਹੜਾ ਕ੍ਰੀਏਟ ਨੰਬਰ ਸੀ ਉਹ ਸਕੈਨਰ ਉਹਨਾਂ ਨੇ ਇਹ ਹੋਇਆ ਕੋਈ ਨਹੀਂ ਬਲੌਕ ਅਸੀਂ ਕਿਹਾ ਵੀ ਤੂੰ ਇੱਥੇ ਸਕਦਾ ਹੋ ਪਬਲਿਕ ਐਕਸੈਸ ਆ ਕਿਉਂਕਿ ਉੱਥੇ ਟੈਸਲਾ ਦਾ ਸੀ ਦਾ ਆਫਿਸ ਵੀਰ ਤੇ ਵੀ ਤੁਸੀਂ ਕੋਈ ਵੀ ਬੰਦਾ ਆ ਸਕਦਾ ਕਾਰ ਦੇਖ ਸਕਦਾ ਜਨ ਖਰੀਦ ਲਈ ਆ ਉਹ ਕਹਿੰਦੇ ਨਹੀਂ ਤੂੰ ਆ ਨਹੀਂ ਸਕਦਾ ਤੇ ਉਹ ਓਕੇ ਕਹਿੰਦਾ ਚਲਾ ਗਿਆ ਉਹ ਤੋਂ ਬਾਅਦ ਉਹਦੇ ਉੱਤੇ ਉਹਨਾਂ ਨੇ ਪੁਲਿਸ ਰਿਪੋਰਟ ਫਾਈਲ ਕਰ ਦਿੱਤੀ ਵੀ ਇਸ ਨੇ ਹਿੱਟ ਕਰਨ ਦੀ ਜਿਹੜੀ ਆ ਸਕਿਉਰਟੀ ਗਾਰਡ ਆ ਉਸ ਨੂੰ ਕੋਸ਼ਿਸ਼ ਕੀਤੀ ਸੀਗੀ ਬਾਅਦ ਦੇ ਵਿੱਚ ਜੋ ਪੁਲਿਸ ਸੀ ਪ੍ਰੀਮੋਡ ਦੀ ਉਹਨਾਂ ਨੇ ਕਿਹਾ ਵੀ ਝੂਠਾ ਲੱਗਦਾ ਇਸ ਕਰਕੇ ਉਹਨੂੰ ਡਿਸਮਿਸ ਕਰ ਦਿੱਤਾ ਇੱਕ ਤਰ੍ਹਾਂ ਦੇ ਨਾਲ ਬਾਅਦ ਦੇ ਵਿੱਚ ਟਵੀਟਰ ਦੇ ਉੱਤੇ ਵੀ ਜਿਹੜਾ ਇਲੋਨ ਮਸਕ ਆ ਉਹਨ ਇੱਕ ਟਵੀਟ ਕੀਤਾ ਵੀ ਸਾਡੇ EMPLOYE ਨੂੰ ਇਸ ਤਰ੍ਹਾਂ ਜਿਹੜਾ ਆ ਇੰਟੀਮੀਡੇਟ ਕਰਨ ਦੀ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਉਸ ਤੋਂ ਬਾਅਦ ਰਣਦੀਪ ਹੋਟੀ ਨੇ ਜੋ ਕੇਸ ਸੀਗਾ ਉਹ ਹੋ ਇਲੋਨ ਮਸਕ ਦੇ ਅਗੇਂਸਟ ਕੀਤਾ ਵੀ ਇਹ ਮੈਨੂੰ ਜਿਹੜਾ ਆ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜਾ ਆਉਣ ਵਾਲੇ ਸਮੇਂ 'ਚ ਵੀ ਮੈਨੂੰ ਮੇਰੇ ਲਈ ਨੁਕਸਾਨਦੇਹ ਹੋਏਗਾ ਵੀ ਇਦਾਂ ਦੀ ਕੋਈ ਗੱਲ ਨਹੀਂ ਕੋਰਟ ਦੇ ਵਿੱਚ ਜਦੋਂ ਕੇਸ ਹੋਇਆ ਕੋਰਟ 'ਚ ਉਹਨਾਂ ਨੂੰ ਕਿਹਾ ਗਿਆ ਵੀ ਜੋ ਵੀਡੀਓ ਕੈਮਰਾਸ ਆ ਉਹ ਪ੍ਰੈਜੈਂਟ ਕਰੋ ਉਹ ਉਹਨਾਂ ਨੇ ਨਹੀਂ ਕੀਤੇ ਵੀ ਜਿਹਦੇ ਵਿੱਚ ਜੱਜ ਦੇਖ ਸਕੇ ਸੋ ਇਹ ਕਾਫੀ ਲੰਮਾ ਚੱਲਦਾ ਰਿਹਾ ਤੇ ਹੁਣ ਇਹ ਖਬਰ ਆਈ ਆ ਵੀ ਅ ਅਲੋਨ ਮਸਕ ਨੇ ਅਲਟੀਮੇਟਲੀ ਕੇਸ ਰਿੰਦੀਪ ਸਿੰਘ ਹੋਠੀ ਦੇ ਨਾਲ ਸੈਟਲ ਕਰ ਲਿਆ ਅ ਰਿੰਦੀਪ ਸਿੰਘ ਹੋਠੀ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਆ ਉਹਨਾਂ ਕਿਹਾ ਵੀ ਮੈਂ ਮੇਰੇ ਅਗੇਂਸਟ ਇੱਕ ਕੇਸ ਲਿਆਂਦਾ ਗਿਆ ਸੀ ਕਿਉਂਕਿ ਮੈਂ ਆਪਣੇ ਜਿਹੜਾ ਕੰਮ ਕਰ ਰਿਹਾ ਉਹਨੂੰ ਡਿਫੈਂਡ ਕਰਦਾ ਮੈਂ ਆਪਣਾ ਜਿਹੜਾ ਨਾਮ ਆ ਉਹਨੂੰ ਕਲੀਅਰ ਕਰਨਾ ਚਾਹੁੰਦਾ ਕੋ ਮੈਨੂੰ ਇਹ ਨਹੀਂ ਸੀ ਕਿ ਮੈਂ ਕਿਸੇ ਤਰ੍ਹਾਂ ਦੀ ਜਿਹੜੀ ਫੇਮ ਲੈਣੀ ਆ ਇਸ ਕੇਸ ਦੇ ਵਿੱਚੋਂ ਮੈਂ ਤਾਂ ਇੱਕ ਸਿਰਫ ਅਪੋਲੋਜੀ ਮੰਗਦਾ ਸੀ ਲੌਨ ਮਾਸਕ ਤੋਂ ਕਿਉਂਕਿ ਜਿਹੜਾ ਲੌਨ ਮਾਸਕ ਆ ਉਹ ਕਹਿੰਦੇ ਵੀ ਤੁਸੀਂ ਦੇਖਿਆ ਹੀ ਹੋਣਾ ਹੁਣ ਪਿਛਲੇ 6 ਮਹੀਨਿਆਂ ਦੇ ਵਿੱਚ ਜਿਹੜੀਆਂ ਕਿਦਾਂ ਦੀਆਂ ਸਟੇਟਮੈਂਟਸ ਵਕ-ਵਕ ਦਿੰਦਾ ਹੈਗਾ ਵੀ ਉਹਦਾ ਹਰ ਇੱਕ ਸ਼ਬਦ ਉਹ ਬੜੇ ਧਿਆਨ ਦੇ ਨਾਲ ਸਾਨੂੰ ਨੋਟ ਕਰਨਾ ਚਾਹੀਦਾ ਹੈ ਵੀ ਮਿਸਲੀਡਿੰਗ ਵੀ ਹੋ ਸਕਦਾ ਹੈਗਾ ਰਣਦੀਪ ਸਿੰਘ ਹੋਠੀ ਦਾ ਜਿਹੜਾ ਸਾਰਾ ਕੇਸ ਆ ਉਹ ਉਸਦੇ ਮਿੱਤਰਾਂ ਨੇ ਡੋਨੇਸ਼ਨ ਦੇ ਕੇ ਜਾਂ ਉਹਦੇ ਜਿਹੜੇ ਹੋਰ ਫਰੈਂਡਸ ਸੀਗੇ ਸਪੋਰਟਰਸ ਅਗੇ ਉਹਨਾਂ ਨੇ ਲੜਿਆ ਸੀ ਜੇ ਉਹ ਇਨ ਕੇਸ ਕੇਸ ਹਾਰ ਜਾਂਦਾ ਤੇ ਉਹਨੂੰ ਬਹੁਤ ਵੱਡਾ ਅਮਾਉਂਟ ਜਿਹੜਾ ਆ ਇਹ ਲੋਨ ਮਸਕ ਨੂੰ ਦੇਣਾ ਪੈਣਾ ਸੀ ਹਾਲਕਿ ਉਹ ਪੀ ਐਚ ਟੀ ਦਾ ਸਟੂਡੈਂਟ ਹੈਗਾ ਹੂੰ ਜੀ ਬਿਲਕੁਲ ਇੱਕ ਟਾਈਮ ਜੋ ਤੇਜ ਦੇ ਖਿਲਾਫ ਇਹਨਾਂ ਨੇ ਚਾਹੁੰਦੇ ਸੀਗੇ ਵੀ ਜਿਹੜਾ ਲਾਗੇ ਨਾ ਜਿਹੜਾ ਹੋ ਆ ਸਕੇ ਉਹਦਾਂ ਦੀ ਚੀਜ਼ ਵੀ ਰੈਸਟ੍ਰੇਨਿੰਗ ਆਰਡਰ ਵੀ ਹੋਠੀ ਖਿਲਾਫ ਇਹਨਾਂ ਨੇ 2019 ਦੇ ਵਿੱਚ ਐਡ ਕਿ ਤੇ ਸੀ। ਸੋ ਇਹ ਜਿਹੜਾ ਸਾਰਾ ਮਾਮਲਾ ਹੈਵਰਡ ਦੇ ਵਿੱਚ ਆਲਾ ਮੀਡਾ ਕਾਉਂਟੀ ਸੁਪੀਰੀਅਰ ਕੋਰਟ ਦੇ ਮਾਮਲੇ ਦੇ ਵਿੱਚ ਜਾਣਾ ਸੀਗਾ ਤੇ ਜੇ ਨਾ ਜਾਂਦਾ ਇਹ ਮਸਲਾ ਜਿਹੜਾ ਹੱਲ ਨਾ ਹੁੰਦਾ ਤਾਂ ਟ੍ਰਾਇਲ ਹੋਣਾ ਸੀਗਾ ਇਸ ਪੂਰੇ ਮਾਮਲੇ ਦੇ ਵਿੱਚ ਇਹ ਜਿਹੜਾ ਇਸ ਸਾਲ 'ਚ ਤੇ ਹੁਣ ਆਪਾਂ ਦੇਖ ਰਹੇ ਆ ਵੀ ਜਿੱਦਾਂ ਪਹਿਲਾਂ ਗੱਲ ਵੀ ਕੀਤੀ ਆ ਵੀ ਆਟੋ ਪਾਇਲਟ 노 ਡਾਊਟ ਇਨ ਦਾ ਬੈਟਰ ਹੋਊਗਾ ਬਾਕੀ ਹੋਰ ਕੰਪੀਟੀਸ਼ਨ ਦੇ ਮੁਕਾਬਲੇ ਪਰ ਬਿਲਕੁਲ ਹੀ ਸਾਰੀਆਂ ਦੁਨੀਆ ਦੀ ਡਰਾਈਵਿੰਗ ਤੋਂ ਬੈਟਰ ਆ ਇਹ ਜਿਹੜਾ ਇਹ ਕਹਿਣਾ ਆਈ ਥਿੰਕ ਥੋੜਾ ਜਿਹਾ ਔਖਾ ਆ ਅਜੇ ਇਸ ਦੇ ਵਿੱਚ ਹੋਰ ਵੀ ਸੁਧਾਰਾਂ ਦੀ ਜ਼ਰੂਰਤ ਰਹੇਗੀ ਟੈਸਲਾ ਤਾਂ ਇਦਾਂ ਹਰਜ ਸਿੰਘ ਜੀ ਵੀ ਦੁਨੀਆ ਨੂੰ ਬੇਸਿਕਲੀ ਲੀਕ ਖਿਚਣ ਵਾਲੀ ਗੱਲ ਆ ਇਧਰ ਤੁਸੀਂ ਉਹਦੇ ਪੂਰੇ ਸਪੋਰਟਰ ਆ ਜਾਂ ਫਿਰ ਤੁਸੀਂ ਉਹਦੇ ਇੱਕ ਹਿਸਾਬ ਦੇ ਨਾਲ ਉਹਨੂੰ ਪੂਰੇ ਉਸਦੇ ਅਗੇਂਸਟ ਆ ਸੋ ਇਹ ਕਾਫੀ ਉਸ ਦਾ ਟੈਸਲਾ ਦਾ ਕ੍ਰਿਟਿਕ ਸੀਗਾ ਰਣਦੀਪ ਜੀ ਖੋਟੀ ਜਿਹਦੇ ਕਰਕੇ ਇਹ ਸਿੰਘ ਇਸ ਤਰੀਕੇ ਦੇ ਨਾਲ ਇਲਨ ਮਸਕ ਦੇ ਨਾਲ ਇਵੈਂਚੁਅਲੀ ਜੀ ਕਹਿ ਸਕਦੇ ਆ ਵੀ ਉਹੋ ਗੱਲਾਂਬਾਤਾਂ ਚ ਇਦਾਂ ਫਸੇ ਸੀਗੇ ਸੋ ਦੇਖੋ ਵੀ ਸਿੰਘ ਬੜੇ ਬੜੇ ਬੰਦਿਆਂ ਨਾਲ ਵੀ ਪੰਗੇ ਲੈਂਦੇ ਹੈਗੇ ਜੀ